ਕੁੜੀ ਤੰਦ ਸਾਂਭਾੜੀ ਵਿੱਚ ਵੱਟ ਕੇ, ਕੁੜੀ ਤੰਦ ਸਾਂਭਾੜੀ ਵਿੱਚ ਵੱਟ ਕੇ, ਲੰਬੜਾ ਤੇ ਸ਼ਾਹ ਦਾ ਹਿਸਾਬ ਕੱਢ ਕੇ, ਲੰਬੜਾ ਤੇ ਸ਼ਾਹ ਦਾ ਹਿਸਾਬ ਕੱਢ ਕੇ, ਕੱਚੇ ਮਾਰ ਮੰਜੇ ਦੀ ਆਨੰਦ ਛਾ ਗਿਆ, ਕੱਚੇ ਤੰਦ ਮਾਮੇ ਤੱਕ ਮੇਲੇ ਆ ਗਿਆ, ਮਾਰ ਤੰਦ ਮਾਮੇ ਤੱਕ ਮੇਲੇ ਆ ਗਿਆ। ਔਰ ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਮਜ਼ਹਬਾਂ ਵਾਲੇ, ਸਾਰੇ ਜਾਤਾਂ ਵਾਲੇ, ਮਨੁੱਖ ਜਾਤੀ ਟੋਟਲ ਮਿਲ ਕੇ ਆਪਸ ਦੇ ਵਿੱਚ ਵਿਸਾਖੀ ਦਾ ਤਿਉਹਾਰ ਮਨਾਵੇ। ਕੱਲ੍ਹ ਵਿਸਾਖੀ ਨਹੀਂ, ਜਿੰਨੇ ਵੀ ਤਿਉਹਾਰ ਹੈਗੇ ਆ ਉਹ ਰਲ ਮਿਲ ਕੇ ਮਨਾਉਣ, ਖੁਸ਼ੀਆਂ ਮਨਾਉਣ, ਪਰਮਾਤਮਾ ਇਹਨਾਂ 'ਤੇ ਬਖਸ਼ਿਸ਼ਾਂ ਕਰੇ। ਜਿੱਥੋਂ ਤੱਕ ਵਿਸਾਖੀ ਦਾ ਸੰਬੰਧ ਆ, 1699 ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਾਜ ਦੇ ਸਾਡੇ ਦੱਬੇ ਕੁਤਲੇ ਕੁਚਲੇ ਲੋਕਾਂ ਨੂੰ ਇਕੱਠਿਆਂ ਕਰਕੇ ਅੰਮ੍ਰਿਤ ਛਕਾ ਕੇ, ਖੁਦ ਉਹਨਾਂ ਕੋਲ ਅੰਮ੍ਰਿਤ ਛਕ ਕੇ ਇੱਕ ਸਾਂਝੀ ਵਾਸਤਾ ਦਾ ਸੁਨੇਹਾ ਦਿੱਤਾ ਸੀ, ਖਾਲਸਾ ਦੀ ਸਿਰਜਣਾ ਕੀਤੀ ਸੀ। ਇਸੇ ਤਰ੍ਹਾਂ ਔਰ ਉਸੇ ਪ੍ਰਥਾ ਨੂੰ ਅੱਗੇ ਤੋਰਦਿਆਂ ਹੋਇਆਂ 1919 ਵਿੱਚ ਜਲ੍ਹਿਆਂਵਾਲੇ ਬਾਗ ਵਿਖੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਦਲਿਤਾਂ, ਸਾਰੇ ਪੰਜਾਬੀ ਭਾਈਚਾਰੇ ਦਾ ਸਾਂਝਾ ਖੂਨ ਦੇਸ਼ ਦੀ ਆਜ਼ਾਦੀ ਲਈ ਡੁੱਲਿਆ ਸੀ। ਔਰ ਅੱਜ ਵੀ ਜਦੋਂ ਕਿਤੇ ਫਸਲਾਂ ਪੱਕਦੀਆਂ ਕਿਸਾਨ ਵੇਖਦਾ ਅਤੇ ਉਹ ਖੁਸ਼ ਹੋ ਕੇ ਨੱਚਦਾ, ਸੱਦ ਪਾਉਂਦਾ ਵਾ, ਢੋਲ ਵਜਾਉਂਦਾ ਅਤੇ ਗਾਉਂਦਿਆਂ। ਲੇਕਿਨ ਅੱਜ ਦੁੱਖ ਦੀ ਗੱਲ ਇਹ ਆ ਕਿ ਸਾਡੇ ਕਿਸਾਨ ਵੀਰ ਸ਼ੰਭੂ ਬਾਰਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ, ਖਾਸ ਤੌਰ 'ਤੇ MSP ਨੂੰ ਲੈ ਕੇ ਕੇਂਦਰ ਸਰਕਾਰ ਨਾਲ ਟੱਕਰ ਲੈ ਰਹੇ ਨੇ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਕਰੇ ਹਕੂਮਤ ਦਿਲ 'ਚ ਰਹਿਮ ਆਵੇ ਅਤੇ ਉਹਨਾਂ ਦੀਆਂ ਮੰਗਾਂ ਮੰਗੇ ਅਤੇ ਖੁਸ਼ ਹੋ ਕੇ ਇੱਥੇ ਹੁਣ ਇਸੇ ਤਰ੍ਹਾਂ ਹੀ ਵਿਸਾਖੀ ਢੋਲ ਵਜਾ ਕੇ ਅਤੇ ਗੱਜ ਵੱਜ ਕੇ ਗਾਉਣ।